ਇਹ ਪੀਰਾਂ ਪੀਰਾਂ ਦੀ ਜਗ੍ਹਾ ਤੇ ਮਿਲਦਾ ਕਿਹੜੇ ਪਾਸੇ ਜਗ੍ਹਾ ਸੋ ਸਾਡੇ ਬਾਈ ਜੀ ਉਹਨਾਂ ਨੇ ਪਹਿਲਾਂ ਨੇ ਦੱਸਿਆ ਸੀ ਮੱਥਾ ਟੇਕ ਕੇ ਆਉਣਾ ਸੀ ਮਾਫੀ ਚਾਹੁੰਦੇ ਆ ਬਾਬਾ ਜੀ ਤੋਂ ਅਗੇ ਕਈ ਵਾਰੀ ਪੰਚਾਇਤਾਂ ਦੇ ਇਦਾਂ ਹੀ ਸ਼ੂਟਿੰਗਾਂ ਹੁੰਦੀਆਂ ਪਿੰਡਾਂ 'ਚ ਸੋ ਦੱਸਦੇ ਕਰੋ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਕਈ ਵਾਰੀ ਆਰਟਿਸਟ ਨੂੰ ਪਤਾ ਨਹੀਂ ਹੁੰਦਾ ਮਾਫੀ ਚਾਹੁੰਦੇ ਮੈਂ ਸੁਧਰ ਜਾਵਾਂ ਕਿਵੇਂ ਉਹ ਸੁਧਰ ਜਾਵਾਂ ਮੈਂ ਰੱਬ ਨੂੰ ਮਨਾਵਾਂ ਕਿਵੇਂ ਯਾਰ ਨੂੰ ਮਨਾਵਾਂ ਮੈਂ ਸੁਧਰ ਜਾਵਾਂ ਕਿਵੇਂ ਉਹ ਸੁਧਰ ਜਾਵਾਂ ਮੈਂ ਰੱਬ ਨੂੰ ਮਨਾਵਾਂ ਕਿਵੇਂ ਪੀਰ ਨੂੰ ਮਨਾਵਾਂ ਉਹ ਸ਼ਾਨਾ ਪੀਰਾਂ ਦੇ ਚਰਨਾਂ ਵਿੱਚ ਹਾਜ਼ਰੀ ਸੋ ਉਸ ਤੋਂ ਬਾਅਦ ਸਾਡੇ ਵਿਚਕਾਰ ਸਿਆਣੇ ਬਜ਼ੁਰਗ ਉਹੀ ਪਿੰਡਾਂ ਦੀਆਂ ਲੋਕ ਤਾਲ ਸੱਚੀਆਂ ਗੱਲਾਂ ਤੁਹਾਡੇ ਰੂਬਰੂ ਕਰ ਲੱਗੇ ਕਿਉਂਕਿ ਸਟੇਜ ਦਾ ਕੁਛ ਅਗਾਂਸ ਹੁੰਦਾ ਹੈ ਸੱਭਿਆਚਾਰਕ ਜਿਹੜੇ ਮੇਲੇ ਲੱਗਦੇ ਹੈ ਇਹਨਾਂ ਨਾਲ ਜੁੜੀਆਂ ਗੱਲਾਂ ਸਾਡੀ ਕੋਸ਼ਿਸ਼ ਹੈ ਵੀ ਕੁਛ ਤੁਹਾਨੂੰ ਅੱਛਾ ਸੁਣਾ ਕੇ ਜਾਈਏ ਤੁਸੀਂ ਅੱਛਾ ਸੁਣੋ ਔਰ ਸਾਡੇ ਵੀ ਮਨ ਨੂੰ ਸਾਡੀ ਰੂਹ ਨੂੰ ਖੁਸ਼ੀ ਮਿਲਦੀ ਹੈ ਵੀ ਤੁਸੀਂ ਪਿੰਡਾਂ ਵਾਲੇ ਲੋਕ ਹਜੇ ਵੀ ਉਹ ਸੱਚਾਈ ਤੇ ਖੜੇ ਹੋ ਤੁਸੀਂ ਅੱਛਾ ਸੁਣਦੇ ਹੋ ਸੱਭਿਆਚਾਰ ਨੂੰ ਤੁਸੀਂ ਕਾਇਮ ਰੱਖਿਆ ਹੈ ਏਦਾਂ ਦੇ ਮੇਲੇ ਤੁਸੀਂ ਲਗਵਾਉਂਦੇ ਹੋ ਨੌਜਵਾਨ ਸਾਡੀ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਮੇਲਿਆਂ ਚੋਂ ਸੋ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਕਿਉਂਕਿ ਸੁਬਾਹ ਤੋਂ ਤੁਸੀਂ ਇੱਥੇ ਬੈਠੇ ਹੋ ਸਾਡੀਆਂ ਭੈਣਾਂ ਬੈਠੀਆਂ ਕੰਮ ਕਰ ਛੱਡ ਕੇ ਬਹੁਤ ਬਹੁਤ ਮਿਹਰਬਾਨੀ ਲੋਕ ਤਾਂ ਤੁਹਾਡੀ ਸੇਵਾ ਪੇਸ਼ ਕਰਨ ਲੱਗੇ ਪਿੱਛੇ ਜੀ ਮੇਰਾ ਇੱਕ ਗਾਣਾ ਹੈ ਬੋੜਾ ਦੀਆਂ ਛਾਵਾਂ ਕਿਉਂਕਿ ਅੱਜ ਕੱਲ੍ਹ ਨਵੀਂ ਪੀੜ੍ਹੀ ਸਾਡੇ ਨਸ਼ਿਆਂ ਵਾਲੇ ਪਾਸੇ ਪਿੱਛੇ ਜੀ ਬੜਾ ਰੁਝਾਨ ਥੋੜ੍ਹਾ ਕੰਟਰੋਲ ਹੋ ਗਿਆ ਸਰਕਾਰਾਂ ਚੇਂਜ ਹੋਈਆਂ ਬੱਚਾ ਨਸ਼ਿਆਂ ਦਾ ਚਿੱਟੇ ਦਾ ਆਦੀ ਉਦੋਂ ਮੈਂ ਇੱਕ ਗੀਤ ਕੀਤਾ ਸੀ ਕਿਉਂਕਿ ਅਕਸਰ ਮੇਰੇ ਜਿੰਨੇ ਵੀ ਗੀਤ ਆਏ ਹੈ ਸਾਡੇ ਪੰਜਾਬ ਪੰਜਾਬੀਅਤ ਨਾਲ ਜੁੜੀਆਂ ਕੁਛ ਗੱਲਾਂ ਹੁੰਦੀਆਂ ਬੋੜਾ ਦੀਆਂ ਛਾਵਾਂ ਤੁਹਾਡੀ ਸੇਵਾ ਪੇਸ਼ ਕਰਨ ਲੱਗਿਆ ਕਿਉਂਕਿ ਸਾਡੇ ਪੁਰਾਣੇ ਬਜ਼ੁਰਗ ਜਿਨ੍ਹਾਂ ਦੀ ਉਮਰ 100 ਸਾਲ ਤੋਂ ਟੱਪ ਜਾਂਦੀ ਪਰ ਅੱਜ ਕੱਲ੍ਹ ਨਵੀਂ ਪੀੜ੍ਹੀ 40-45 ਦੇ ਬ੍ਰੇਕ ਲੱਗ ਗਈ ਇਹ ਨਸ਼ਿਆਂ ਕਰਕੇ ਸੋ ਇਹਨਾਂ ਦੀ ਗੱਲ ਬੜੀ ਸੁਣਨ ਵਾਲੀ ਬਹੁਤ
رونق ستھا دی ہائے نشیاں دے وچ رُڑ گئی اے جوانی لکھا دی او داش کھیڈ دے بابیاں دی کیونکہ پنڈا چ جاندے ستھا بڑیاں بڑیاں بوڑاں دی شاواں تھلے رونقاں لگیاں اج کل ویلے اک تے دیکھ دیاں او داش کھیڈ دے شکریہ مہربانی
ਸੋ ਤੁਹਾਡੀ ਸੇਵਾ ਦੇ ਪਿੱਛੇ ਜੀ ਮੇਰਾ ਗਾਣਾ ਆਇਆ ਮੈਡਮ ਰਿਮਸ ਕੋਰ ਨਾਲ ਤੁਸੀਂ ਪਿਆਰ ਬਖਸ਼ਣਾ ਛੋਟੀ ਜੀ ਬੱਚੀ ਅਜੇ ਤਾਂ ਬਹੁਤ ਘੱਟ ਉਮਰੇ ਦੀ ਅਜੇ ਸਿਕਰੀ ਹੈ ਸੋ ਤੁਹਾਡੇ ਪਿਆਰ ਸਤਕਾਰ ਨਾਲ ਹੀ ਫਨਕਾਰ ਬਣਦੇ ਹੈ ਉਮੀਦ ਕਰਦੇ ਆ ਪਿਆਰ ਬਖਸ਼ੋਗੇ ਸੋ ਬੈਬਲੇ ਦੀ ਗਾਣ ਨੂੰ ਥੋੜੇ ਜਿਹੇ ਦਿਨ ਪਹਿਲਾਂ ਗਾਣਾ ਪੀਟੀਸੀ ਤੇ ਲਾਂਚ ਕੀਤਾ ਸੀ ਤੁਹਾਡੀ ਸੇਵਾ ਪੇਸ਼ ਕਰਦਾ ਥੋੜਾ ਹੱਸ ਕੇ ਪਲਾਂ ਚ ਦਿਲ ਲੁੱਟ ਲੈ ਗਈ ਵੀ ਤੂੰ ਅੱਖੀਆਂ ਦੇ